ਹਾਂਜੀ ਸੰਗਤ ਜੀ, ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਹਿੰਡਿੰਬਾ ਦੇਵੀ ਮੰਦਰ ਮਨਾਲੀ ਦਾ ਇਤਿਹਾਸ, ਇਹ ਤੁਹਾਨੂੰ ਦੱਸਣ ਲੱਗਿਆ ਜੀ, ਕਿਉਂਕਿ ਮੈਨੂੰ ਵੀ ਨਹੀਂ ਪਤਾ ਸੀ, ਇਸ ਕਰਕੇ ਪੜ੍ਹਨ ਲੱਗਿਆ ਜੀ ਮੈਂ। ਦੇਵਦਾਰ ਦੇ ਘਣੇ ਦ੍ਰਿਸ਼ੋਂ ਕੇ, ਮੈਂ ਪੰਜਾਬੀ ਦੱਸਦਾ, ਦੇਵਦਾਰ ਦੇ ਦਰਖਤ ਆ ਜੀ, ਜਿਨ੍ਹਾਂ ਦੇ ਵਿੱਚ ਬਹੁਤ ਹੀ ਸੁੰਦਰ ਦੇਵੀ ਹਿੰਡਿੰਬਾ ਜਿਹਨੂੰ ਹਿਰਮਾ ਦੇਵੀ ਕੋ ਸਮਰਪਿਤ ਹੈ। ਹਿਰਮਾ ਦੇਵੀ ਕਿਹਾ ਜਾਂਦਾ ਸੀਗਾ ਮਹਾਭਾਰਤ ਵਿੱਚ ਭੀਮ ਦੀ ਪਤਨੀ ਕੇ ਰੂਪ ਮੇਂ ਮਿਲਤਾ ਹੈ। ਮਾਤਾ ਹਿੰਡਿੰਬਾ ਭੀਮ ਦੀ ਪਤਨੀ ਸੀ। ਹਿੰਡਿੰਬਾ ਕੇ ਉਤਕਰਨ ਟਾਕਰੀ ਲਿਪੀ ਮੇਂ ਏਕ ਅਭਿਲੇਖ ਕੇ ਅਨੁਸਾਰ ਇਸਕਾ ਨਿਰਮਾਣ 1553 ਈਸਵੀ ਮੇਂ ਰਾਜਾ ਬਹਾਦਰ ਸਿੰਘ ਨੇ ਕਰਵਾਇਆ ਥਾ। ਇਹ ਗਾਂਡਾ ਸ਼ੈਲੀ ਮੇਂ ਨਿਰਮਿਤ ਮੰਦਿਰ ਕੀ ਉਚਾਈ ਆਧਾਰ ਸੇ ਲਗਭਗ 80 ਫੀਟ ਹੈ ਤਥਾ ਇਹ 3 ਔਰ 12 ਫੁੱਟ ਉਚਾਈ ਵਾਲੇ ਸੰਕਰੇ ਬਰਾਮਦੇ ਮੇਂ ਗਿਰਾ ਹੈ। ਇਸਕੀ ਡਲਮਾ ਕਾਸ਼ਟ ਨਿਰਮਿਤ ਛੱਤ ਦਵਾ ਚਾਰ ਭਾਗੋਂ ਕੇ ਵਿਭਕਤ ਹੈ। ਇਸਕੀ ਉਪਰੀ ਭਾਗ ਕੋ ਲੇਕਰ ਭਾਗ ਗੋਲਾਕਾਰ ਹੈ ਜੋ ਕਿ ਸੰਕਰ ਸੰਕਲਪ ਏਵਂ ਤ੍ਰਿਸ਼ੂਲ ਮੇਂ ਸੁਸ਼ੋਭਿਤ ਹੈ। ਗਰਭ ਮੇਂ ਹਿੰਡਿੰਬਾ ਦੇਵੀ ਕੀ ਕਸ਼ਯ ਨਿਰਮਿਤ ਸੁੰਦਰ ਪ੍ਰਤਿਸ਼ਠਾ ਮੌਜੂਦ ਹੈ ਜੀ। ਤਥਾ ਪ੍ਰਵੇਸ਼ ਦੁਆਰ ਮੇਂ ਦੇਵੀ ਦੇਵਤਾਓਂ ਤਥਾ ਬੇਲ ਬੂਟੇ ਗਟਨ ਪੱਲਵ ਬਹੁਤ ਸਾਰੇ ਹਾਥੀ ਮਕਰ ਇਤਿਆਦਿ ਕੇ ਪ੍ਰਵੇਸ਼ ਦੁਆਰ ਕੇ ਦਾਈ ਔਰ ਮਹਿਮਾ ਸੁਰਮਾ ਦਿਨੀ ਹਾਥ ਜੋੜੇ ਭਗਤ ਤਥਾ ਨੰਦੀ ਪਰਾਸੀਨ ਉਮਾ ਮਹੇਸ਼ਵਰ ਔਰ ਬਾਈ ਤਰਫ ਦੁਰਗਾ ਹਾਥ ਜੋੜੇ ਭਗਤ ਤਥਾ ਗਰੁੜ ਇਹ ਸਾਰੇ ਹੀ ਦੇਵੀ ਦੇਵਤੇ ਯਹਾਂ ਮੌਜੂਦ ਹੈ। ਲਾਲਟ ਬਿੰਬ ਪਰ ਗਣੇਸ਼ ਤਥਾ ਉਸਕੇ ਉੱਪਰ ਸ਼ੈ ਤੀਰ ਇਹ ਨਵਰ ਗ੍ਰਹੋਂ ਕਾ ਅੰਕਿਤ ਹੈ। ਸਭਸੇ ਉਪਰੀ ਭਾਗ ਮੇਂ ਬੌਧ ਆਕ੍ਰਿਤੀ ਅਕੀਰੀ ਗਈ ਹੈ। ਇਸ ਮੰਦਿਰ ਕੇ ਵਿਸ਼ਿਸ਼ਟ ਪ੍ਰਕਿਰਤ ਮਹੱਤਵ ਕੇ ਕਾਰਨ ਭਾਰਤ ਸਰਕਾਰ ਨੇ ਪ੍ਰਾਚੀਨ ਸੰਕਰਮਣ ਤਥਾ ਸਥਲ ਪੁਨਰਨਿਯਤ ਅਵਸ਼ੇਸ਼ ਅਧਿਕ 1958 ਮੇਂ ਅਧਿਸੂਚੀ ਦੁਆਰਾ 4/4/17 ਦਿਨਾਂਕ ਕੋ ਇਸਕੋ ਰਾਸ਼ਟਰੀ ਮਹੱਤਵ ਕਾ ਸੰਕਰਮਣ ਸੰਸਕਰ ਘੋਸ਼ਿਤ ਕੀਤਾ ਗਿਆ ਜੀ। ਹਾਂਜੀ ਸੰਗਤ ਜੀ, ਇੰਗਲਿਸ਼ ਵਿੱਚ ਥੋੜ੍ਹਾ ਤੁਹਾਨੂੰ ਦੱਸ ਦਈਏ, ਗਣੇਸ਼ਾ ਇਜ਼ ਔਨ ਦਾ ਸੈਂਟਰ ਆਫ ਦਾ ਲੈਂਟਲ ਔਨ ਦਾ ਬੀਮ ਅਬਾਵ ਦਾ ਲੈਂਟਲ ਅਪੀਅਰਸ ਨਵਾਗ੍ਰਥਾ ਪੈਨਲ ਦਾ ਅਪਰਮੋਸਟ ਪਾਰਟ ਆਫ ਦਾ ਡੈਕੋਰੇਟਡ ਵਿਦ ਦਾ ਮੋਟਿਫ ਆਫ ਬੁੱਧਾ ਕਰੈਕਟਰ ਇਨ ਵਿਊ ਆਫ ਦਾ ਹਿਸਟੋਰੀਕਲ ਐਂਡ ਆਰਕੀਟੈਕਚਰਲ ਇੰਪੋਰਟੈਂਸ ਦਾ ਟੈਂਪਲ ਵਾਜ ਡਿਕਲੇਅਰਡ ਪ੍ਰੋਟੈਕਟਡ ਐਜ਼ ਏ ਮਾਊਂਟੇਨ ਆਫ ਨੈਸ਼ਨਲ ਇੰਪੋਰਟੈਂਸ ਵਿਊ ਵਾਈਡ ਨੋਟੀਫਿਕੇਸ਼ਨ ਦਿਸ ਇਜ਼। ਸੋ ਸੰਗਤ ਜੀ, ਆਪਾਂ ਹੁਣ ਅੰਦਰ ਚੱਲਾਂਗੇ। ਹਾਂਜੀ ਹਾਂਜੀ ਸੰਗਤ ਜੀ, ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਆ ਜੀ। ਹੁਣ ਉੱਪਰ ਮਨਾਲੀ ਦੇ ਹਿੰਡਿੰਬਾ ਮੰਦਿਰ ਦੇ ਵਿੱਚ ਚੱਲੇ, ਹਿੰਡਿੰਬਾ ਮਾਤਾ ਦੇ ਮੰਦਿਰ ਵਿੱਚ ਚੱਲੇ ਹਾਂ ਜੀ। ਇਹ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ, ਇੱਥੋਂ ਦੀ ਮਸ਼ਹੂਰ ਮੰਦਿਰ ਹੈ ਜੀ ਹਿੰਡਿੰਬਾ ਮਾਤਾ, ਜੋ ਕਿ ਭੀਮ ਮਹਾਭਾਰਤ ਵਿੱਚ ਭੀਮ ਦਾ ਰੋਲ ਜੋ ਭੀਮ ਸੀ ਉਹਨਾਂ ਦੀ ਨੂੰਹ ਰਾਣੀ ਸੀ। ਹਾਂਜੀ, ਫੁੱਲਾਂ ਦੀ ਬਹਾਰ ਹਮੇਸ਼ਾ ਖਿੱਚ ਲੈਂਦੀ ਹੈ ਜੀ, ਜਿੱਥੇ ਫੁੱਲ ਦੇਖੀਏ ਉੱਥੇ ਹੀ ਪਹੁੰਚ ਜਾਂਦੇ ਇਕੱਠੇਗਾ। ਥੱਲੇ ਆ ਜਾਓ ਯਾਰ, ਖੜਖੜ ਵਾਲ ਕਰਦਾ।
ਹਾਂਜੀ, ਫੁੱਲਾਂ ਦੀ ਮਹਿਕ, ਫੁੱਲਾਂ ਦੀ ਖੁਸ਼ਬੂ, ਫੁੱਲਾਂ ਦਾ ਕਲਰ, ਬਹੁਤ ਸੋਹਣੇ ਫੁੱਲ ਲੱਗਦੇ ਆ ਜੀ। ਬੜੀ ਸੋਹਣੀ ਰੌਣਕ ਲੱਗੀ ਹੈ ਜੀ, ਰੰਗ ਬਿਰੰਗੇ ਫੁੱਲ ਕੁਦਰਤ ਦੀ ਦੇਣ। ਘਰ ਘਰ ਫੁੱਲ ਲੱਗੇ ਹੋਏ ਆ ਜੀ। ਹਾਂਜੀ ਸੰਗਤ ਜੀ, ਮਨਾਲੀ ਵਿੱਚ ਹੜਿੰਬਾ ਮਾਤਾ ਦੇ ਮੰਦਿਰ ਦੇ ਕੋਲੇ ਪਹੁੰਚ ਗਏ ਜੀ। ਬਿਲਕੁਲ ਅਸੀਂ, ਇਹ ਉਹ ਬਾਜ਼ਾਰ ਆ ਜੀ ਜਿੱਥੇ ਰੌਣਕ ਲੱਗੀ ਹੋਈ, ਪ੍ਰਸ਼ਾਦ ਚੜ੍ਹਦੇ, ਡਰਾਈ ਫਰੂਟਸ ਲੈਂਦੇ ਆ ਜੀ। ਆ ਦੇਖੋ ਜੀ, ਕਾਜੂ ਬਦਾਮ ਜੋ ਮਰਜ਼ੀ ਲਓ ਜੀ, ਹਰ ਵਰਾਇਟੀ ਮਿਲੇਗੀ ਇੱਥੇ। ਹੜਿੰਬਾ ਮਾਤਾ ਦਾ ਮੰਦਿਰ ਸਾਹਮਣੇ ਹੈ ਨਾ ਸਰ, ਇੱਥੋਂ ਦਾ ਇਤਿਹਾਸ ਬਾਰੇ ਕੁਛ ਨੌਲੇਜ ਹੈ? ਇਤਿਹਾਸ ਜਾਂ ਤਾਂ ਇਤਿਹਾਸ ਤੋਂ ਬਤਾਨੇ ਵਾਲੇ ਪੁਰਾਣੇ ਲੋਕ ਬਤਾਏਂਗੇ। ਅੱਛਾ ਜੀ, ਜਿਤਨਾ ਆਪਕੋ ਮਾਲੂਮ ਵੋ ਬਤਾ ਦੋ ਆਪ। ਮੁਝੇ ਇਤਨਾ ਨੋਲੇਜ ਨਹੀਂ ਹੈ। ਅੱਛਾ ਠੀਕ ਹੈ ਭਾਈ, ਓਕੇ, ਚਲੋ ਜੀ ਕੋਈ ਬਾਤ ਨਹੀਂ। ਆਪਾਂ ਮੂਰਤੀਆਂ ਦੇਖਦੇ ਹਾਂ, ਆਰਟਸ ਦੇਖ ਰਹੇ ਹਾਂ, ਪੇਂਟਿੰਗ ਦੇਖਦੇ ਹਾਂ, ਬੰਦਿਆਂ ਨੇ ਬੜੀ ਮਿਹਨਤ ਕੀਤੀ ਹੋਈ ਹੈ। ਵਾਹ ਕਿਆ ਬਾਤ ਹੈ। ਚਲੋ ਜੀ ਚਲੋ, ਵਰਤੇ ਚਲੋ, ਅੱਗੇ ਵਰਤੇ ਚਲੋ। ਜੈ ਮਾਤਾ ਦੀ। ਯਾਰ ਗਾਣੇ ਗਲਤ ਲਗਾ ਰੱਖੇ, ਹਮਾਰੇ ਕਾਪੀਰਾਈਟ ਆ ਜਾਏਗਾ ਹਮਾਰੇ। ਤੇਰਾ ਨਾਮ ਸੇ ਸ਼ੁਰੂ, ਤੇਰੇ ਨਾਮ ਤੇ ਖਤਮ। ਇਹ ਸਾਰੇ ਘਰ ਘਰ ਬਾਈ ਜੀ ਪੇਂਟਿੰਗ ਕਰ ਰਹੇ ਨੇ ਜੀ, ਬਹੁਤ ਵਧੀਆ ਕਲਰ ਚੂਜ ਕੀਤੇ ਨੇ ਜੀ ਬਾਈ ਨੇ। ਭਾਜੀ ਕੀ ਕੋਸਟ ਆ ਜੀ ਇੱਕ ਪੇਂਟਿੰਗ ਦੀ? ਇਹ ਭਾਜੀ 500 ਰੁਪਏ ਦੀ। 500 ਰੁਪਏ ਦੀ? ਇਹ ਸਾਰੇ ਸੇਮ ਸਾਈਜ਼? 500, 1000, 1500, 2000 ਲੱਖ। ਓਕੇ ਜੀ, ਲੈਣੀ ਕਿਹੜੀ ਤੁਸੀਂ ਪਸੰਦ ਕਰੋ, ਬਾਕੀ ਠੀਕ ਹੈ। ਪਹਿਲਾਂ ਮਾਤਾ ਦੇ ਦਰਸ਼ਨ ਕਰ ਆਈਏ, ਫਿਰ ਆਪਾਂ ਆਉਂਦੇ ਹਾਂ। ਠੀਕ ਹੈ ਜੀ, ਥੈਂਕ ਯੂ। ਇਹ ਬਾਈ ਹਰੇ ਵਾਲਾ ਕਿਆ ਹੈ? ਕੀਵੀ ਫਰੂਟ। ਅੱਛਾ, ਕਿਤਨੇ ਦਾ ਪੈਕਟ ਹੈ? 250 ਦਾ ਅੱਧਾ ਕਿਲੋ। ਉਹ ਨਹੀਂ, ਕੀਵੀ ਫਰੂਟ ਹੈ। ਲਓ ਜੀ ਯਾਕ ਦੇਖੋ ਜੀ, ਅਸਲੀ ਹੈ ਕਿ ਨਕਲੀ ਹੈ? ਉਹ ਤੇਰੀ ਅਸਲੀ ਆ ਵੇ, ਯਾਕ ਬੋਲਦੇ ਨੇ ਯਾਕ। ਹਾਂ ਗੇਅਰ ਪਾ ਦੇ ਤਗੜਾ ਜੀ। ਹਾਂ ਅੱਛਾ, ਬੰਨੇ ਹੋਏ ਤਾਂ ਹੀ ਨਹੀਂ ਗੇਅਰ ਪੈ ਰਿਹਾ। ਬਾਬੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਬਾਬੇ? ਕਿੱਥੋਂ ਆਈਆਂ ਫੌਜਾਂ? ਲੁਧਿਆਣੇ ਤੋਂ ਜੀ। ਅੱਛਾ, ਆਪਾਂ ਬਠਿੰਡੇ ਤੋਂ ਤੁਹਾਡੇ ਨਾਲ ਦੇ ਹੀ ਆ। ਠੀਕ ਹੈ। ਉਹ ਬੱਲੇ ਬੱਲੇ ਬੱਲੇ, ਉਹ ਕਿਆ ਬਾਤਾਂ। ਲਓ ਜੀ, ਹੜਿੰਬਾ ਮਾਤਾ ਦੇ ਮੰਦਿਰ ਦੇ ਦਰਸ਼ਨ ਕਰ ਰਹੇ ਹੋ ਜੀ। ਸਾਨੂੰ ਇਹ ਨਹੀਂ ਪਤਾ ਮਾਤਾ ਇੱਥੇ ਕਿਵੇਂ ਪਹੁੰਚੀ ਹੈ, ਪਰ ਬਹੁਤ ਦੂਰ ਆ ਕੇ ਪਹੁੰਚੀ ਹੈ। ਸਾਡੀ ਤਾਂ ਭਿਆ ਹੋ ਗਈ ਇੱਥੇ ਪਹੁੰਚਦੇ ਪਹੁੰਚਦੀ, ਪਰ ਲੇਕਿਨ ਦਰਸ਼ਨ ਕਰਨ ਦੇ ਬਾਅਦ ਹੀ ਰੌਣਕ ਆਉਂਦੀ ਹੈ ਜੀ। ਲਓ ਜੀ, ਹਸੀਨ ਬਾਦੀਆਂ ਦੇ ਦਰਸ਼ਨ ਕਰੋ ਜੀ। ਹਾਂਜੀ, ਹੜਿੰਬਾ ਮਾਤਾ ਦਾ ਇਤਿਹਾਸ ਦੱਸਦੇ ਹਾਂ ਤੁਹਾਨੂੰ, ਕਿਉਂਕਿ ਇੱਥੋਂ ਕਲੀਅਰ ਹੋ ਜਾਏਗਾ ਵੀ ਮਾਤਾ ਕਿਵੇਂ ਪਹੁੰਚੀ ਸੀ ਇੱਥੇ। ਬਹੁਤ ਸਿੰਘ ਪਾਰਟੀ ਪਹੁੰਚੀਆਂ ਹੋਈਆਂ ਨੇ। ਹਾਂਜੀ ਸਰ, ਆਪਾਂ ਇਤਿਹਾਸ ਦੇ ਚਰਨਾਂ ਪਾਉਂਦੇ ਜੀ,
ਹਰਿੰਬਾ ਦੇਵੀ ਮੰਦਿਰ ਮਨਾਲੀ। ਇੱਕ ਮਿੰਟ ਬ੍ਰੇਕ ਕਰਦੇ ਹਾਂ। ਲਓ ਜੀ ਸੰਗਤ ਜੀ, ਆਪਾਂ ਮੰਦਿਰ ਦੀ ਚੜ੍ਹਾਈਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਅੰਦਰ ਜਾ ਕੇ ਦੇਖਦੇ ਹਾਂ, ਅਗਰ ਵੀਡੀਓ ਬਣਾਉਣ ਦਿੱਤੀ ਤਾਂ ਬਹੁਤ ਲੋਕ ਵੀਡੀਓ ਬਣਾ ਰਹੇ ਨੇ। ਬੱਲੇ ਬੱਲੇ, ਬਹੁਤ ਲੰਬਾ ਚੌੜਾ ਕੁੱਤਾ ਪਿਆ ਜੀ। ਸੰਗਤ ਜੀ, ਲੈਣਾ ਬਹੁਤ ਲੰਬੀਆਂ ਲੰਬੀਆਂ ਲੱਗੀਆਂ ਹੋਈਆਂ ਨੇ ਅੰਦਰ ਦੇ ਵਿੱਚ ਜਾਣ ਦੇ ਲਈ। ਅੰਦਰ ਵੀਡੀਓਗ੍ਰਾਫੀ ਲੋੜ ਹੈ, ਨਹੀਂ ਦਿੱਤੇ। ਹਾਂਜੀ, ਹੜਿੰਬਾ ਮਾਤਾ ਦੇ ਮੰਦਿਰ ਵਿੱਚ ਪਹੁੰਚ ਚੁੱਕੇ ਹਾਂ ਜੀ। ਇਹ ਦੇਖੋ ਜੀ, ਚਾਰ ਮੰਜ਼ਿਲਾ, 1, 2, 3 ਔਰ 4, ਠੀਕ ਹੈ ਜੀ। ਹੜਿੰਬਾ ਮਾਤਾ ਇਸ ਦੇ ਮੰਦਿਰ ਵਿੱਚ ਪ੍ਰਵੇਸ਼ ਨੇ। ਤੁਹਾਨੂੰ ਇਤਿਹਾਸ ਦੱਸਦਾ, ਅੰਦਰ ਲਾਈਨ ਬਹੁਤ ਲੰਬੀ ਹੈ, ਇਸ ਕਰਕੇ ਜਾਣ ਦਾ ਟਾਈਮ ਲੱਗ ਜਾਏਗਾ। ਔਰ ਇਸੇ ਕਰਕੇ ਅਸੀਂ ਸ਼ਾਰਟਕੱਟ ਮਾਰ ਰਹੇ ਹਾਂ ਜੀ, ਬਾਹਰੋਂ ਬਾਹਰੋਂ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹਾਂ ਜੀ, ਕਿਉਂਕਿ ਅੰਦਰ ਲਾਈਨ ਲੰਬੀ ਲੱਗੇ, ਕਾਫੀ ਲੰਬੀ ਲਾਈਨ ਲੱਗੀ ਹੋਈ ਹੈ ਜੀ। ਹਾਂਜੀ ਸੰਗਤ ਜੀ, ਤੁਸੀਂ ਹਿਮਾਚਲ ਦੀਆਂ ਮਨਾਲੀ ਦੀਆਂ ਹਸੀਨ ਵਾਦੀਆਂ ਦੇ ਵਿੱਚ, ਦੇਵਦਾਰ ਦੇ ਦਰਖਤਾਂ ਦੇ ਵਿੱਚ ਤੁਸੀਂ ਹੜਿੰਬਾ ਮਾਤਾ ਦੇ ਮੰਦਿਰ ਦੇ ਦਰਸ਼ਨ ਕਰ ਰਹੇ ਹੋ ਜੀ, ਠੀਕ ਹੈ। ਇਹ ਮਾਤਾ ਹੜਿੰਬਾ ਦਾ ਮੰਦਿਰ ਹੈ ਜੀ, ਜੋ ਕਿ ਮਹਾਂਭਾਰਤ ਵਿੱਚ ਭੀਮ ਦੀ ਪਤਨੀ ਸੀ ਜੀ। ਹੁਣ ਰੱਬ ਜਾਣੇ ਇੱਥੇ ਕਿਵੇਂ ਪਹੁੰਚੀ ਹੈ ਜੀ, ਇਹਦੀ ਕਹਾਣੀ ਬਹੁਤ ਲੰਬੀ ਹੈ ਜੀ। ਪੁਰਾਣੇ ਬਜ਼ੁਰਗਾਂ ਤੋਂ ਪਤਾ ਲੱਗੇਗਾ ਕੀ ਇਤਿਹਾਸ ਹੈ ਇੱਥੋਂ ਦਾ। ਐਂ ਘੁੰਮਦਾ 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 ਇੱਦਾਂ ਨਹੀਂ, ਮੈਨੂੰ ਹੀ ਕਵਰ ਕਰੀ ਚੱਲਣਾ, ਐਂ ਘੁੰਮੀ ਚੱਲ ਆਸੇ ਪਾਸੇ, ਸਾਰੇ ਪਾਸੇ ਗੇੜਾ ਦੇ ਚੱਲ। ਹਾਂ, ਹੌਲੀ ਹੌਲੀ, ਠੀਕ ਹੈ। ਸੰਗਤਾਂ ਬਹੁਤ ਦੂਰੋਂ ਦੂਰੋਂ ਆਈਆਂ ਨੇ, ਬਹੁਤ ਦੂਰ ਤੋਂ ਵੀਡੀਓ ਬਣਾਉਣ ਲਈ ਆਈਆਂ ਨੇ। ਔਰ ਦੇਖੋ ਜੀ, ਪੂਰੀ ਦੁਨੀਆ ਤੋਂ ਇਕੱਠੇ ਹੋਏ ਨੇ, ਪੂਰੇ ਆਲ ਇੰਡੀਆ ਤੋਂ ਇਕੱਠੇ ਹੋਏ ਨੇ ਜੀ। ਲਾਈਨ ਦੇਖੋ ਜੀ, ਬਹੁਤ ਲੰਬੀ ਲਾਈਨ ਲੱਗੀ ਹੋਈ ਆ ਜੀ। ਇਸ ਕਰਕੇ ਅੰਦਰ ਜਾਣ ਦੀ ਪਲੈਨਿੰਗ ਥੋੜ੍ਹੀ ਜਿਹੀ ਕੈਂਸਲ ਕਰਦੇ, ਕਿਉਂਕਿ 2 ਘੰਟੇ ਅੰਦਰ ਜਾਣ ਦਾ ਇਹਨੂੰ ਲੱਗ ਜਾਣੇ ਅੰਦਰ। ਚਲੋ ਆਪਾਂ ਅੰਦਰ ਚੱਲਦੇ, ਬਾਕੀ ਹੋਰ ਸਾਈਡਾਂ ਦਿਖਾਉਂਦੇ ਹਾਂ। ਆ ਜਾਓ ਜੀ, ਆ ਜਾਓ। ਹਾਂਜੀ, ਆਪਾਂ ਮੰਦਿਰ ਦੇ ਆਜੂ ਬਾਜੂ ਦੇਖ ਲਿਆ ਜੀ, ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਜੀ। ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਹੋਈਆਂ ਨੇ, ਪਰ ਮੌਸਮ ਜਿੰਨੀ ਸਾਡੀ ਥਕਾਵਟ ਸੀ ਨਾ, ਥਕਾਵਟ ਸਾਰੀ ਉਤਰ ਗਈ ਜੀ ਇੱਥੇ ਆ ਕੇ। ਤੁਸੀਂ ਦੇਖ ਰਹੇ ਹੋ ਜੀ, ਇਹ ਮੰਦਿਰ ਦਾ ਬੈਕ ਸਾਈਡ ਦਾ ਸੀਨ ਹੈ। ਬਹੁਤ ਹੀ ਘਣਾ ਜੰਗਲ ਆ ਜੀ, ਦੇਵਦਾਰ ਦੇ ਦਰਖਤ ਨੇ। ਬੂਟਾ ਸਿੰਘ, ਇਹ ਮੰਦਿਰ ਦੇ ਟੌਪ ਤੋਂ ਲੈ ਕੇ ਨੀਚੇ 4th ਫਲੋਰ ਤੱਕ ਤੁਸੀਂ ਦੇਖ ਰਹੇ ਹੋ ਜੀ। ਅੰਦਰ ਸਾਰੇ ਦੇਵੀ ਦੇਵਤਿਆਂ ਦੀਆਂ ਪਿਕਚਰਾਂ ਲੱਗੀਆਂ ਨੇ, ਫੋਟੋ ਲੱਗੀਆਂ ਹੋਈਆਂ ਹਨ, ਪਰ ਅੰਦਰ ਜਾਣ ਦਾ ਮੌਕਾ ਨਹੀਂ ਹੈ ਜੀ, ਕਿਉਂਕਿ ਟਾਈਮ ਬਹੁਤ ਲੱਗ ਜਾਏਗਾ, ਅਸੀਂ ਹੁਣ ਵਾਪਸੀ ਵੀ ਜਾਣਾ ਹੈ। ਹਾਂਜੀ, ਸੰਗਤਾਂ ਬਹੁਤ ਖੁਸ਼ ਨੇ। ਠੀਕ ਹੈ, ਕਵਰ, ਚਲੋ ਵੀ ਚਲੋ ਚਲੋ ਵੀ ਚਲੋ ਚਲੋ, ਹੋ ਗਿਆ ਹੋ ਗਿਆ, ਚਲੋ ਚਲੋ, ਪੈਰ ਸਲਿਪ ਕਰਦੇ ਆ, ਚਲ ਆ ਜਾ, ਨਿਕਲ ਜਾ, ਉਹ ਇਸਕੋ ਪਕੜੋ, ਇਸਕੋ ਪਕੜੋ।
ਓ ਭਾਈ ਥੈਂਕ ਯੂ ਥੈਂਕ ਯੂ। ਹਾਂਜੀ ਸੰਗਤ ਜੀ, ਅਸੀਂ ਦੋਸਤੋ ਅਸੀਂ ਹੜੰਬਾ ਮਾਤਾ ਦਾ ਮੰਦਰ ਦੇਖਿਆ ਹੈ ਜੀ। ਹਾਂਜੀ ਹਾਂਜੀ, ਅੰਦਰ ਹੀ ਸਾਰਾ ਕੁਛ। ਹੜੰਬਾ ਮਾਤਾ ਭੀਮ ਦੇ ਘਰ ਵਾਲੇ ਸਨ, ਉਹਨਾਂ ਦੀ ਵਾਈਫ ਸਨ। ਇਹ ਨਹੀਂ ਪਤਾ ਵੀ ਮਾਤਾ ਇੱਥੇ ਕਿਵੇਂ ਪਹੁੰਚੀ ਹੈ ਜੀ, ਇੱਥੋਂ ਦਾ ਕੀ ਇਤਿਹਾਸ ਆ, ਉਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਸਾਨੂੰ, ਕਿਉਂਕਿ ਇਹ ਪਤਾ ਨਹੀਂ ਹੈ। 1515 ਈਸਵੀ ਸਾਲ ਪਹਿਲਾਂ ਦੀ ਗੱਲ ਹੈ, ਕਿਉਂਕਿ ਉਦੋਂ ਹੀ ਬੰਦਰ ਬਣਿਆ ਔਰ 98 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇਸ ਨੂੰ ਧਰੋਹਰ ਕਰਾਰ ਦਿੱਤਾ ਗਿਆ ਹਿਮਾਚਲ ਦੀ। ਦੇਖੋ ਹਸੀਨ ਵਾਦੀਆਂ, ਦੇਵਦਾਰ ਦੇ ਦਰਖਤ, ਨੀਚੇ ਰੰਗ ਬਿਰੰਗੀਆਂ ਛੱਤਾਂ ਮਨਾਲੀ ਦੀਆਂ। ਅੱਜ ਤੁਹਾਨੂੰ ਇਹ ਮੰਦਰ ਦਿਖਾਇਆ, ਮੈਂ ਨਹੀਂ ਸਮਝਦਾ ਵੀ ਇਸ ਤੋਂ ਪਹਿਲਾਂ ਕਿਸੇ ਨੇ ਵੀ ਯੂਟਿਊਬਰ ਨੇ ਇੱਥੇ ਦਿਖਾਇਆ ਹੋਊਗਾ। ਸੋ ਸੰਗਤ ਜੀ, ਤੁਸੀਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਸਬਸਕ੍ਰਾਈਬ ਕਰਨਾ। ਅੱਗੇ ਚੱਲ ਕੇ ਮਨਾਲੀ ਦਾ ਆਪਾਂ ਗਾਰਡਨ ਵੀ ਦਿਖਾਉਣਾ ਤੁਹਾਨੂੰ, ਇੱਕ ਜੂ ਹੈ ਉਹ ਵੀ ਦਿਖਾਵਾਂਗੇ। ਰਸਤੇ ਬਹੁਤ ਡਰਾਵਣੇ ਸੀਗੇ, ਉਤਰ ਲੱਗੇ ਤਾਂ ਮਿੰਟ ਲੱਗੇ, ਚੜ੍ਹਨ ਲੱਗੇ ਭੂਆ ਭੂਆ ਹੋ ਗਈ ਸਾਡੇ ਔਰ ਬੁਰੀ ਤਰ੍ਹਾਂ ਅਸੀਂ ਗਿੱਲੇ ਹੋ ਗਏ, ਪਸੀਨੇ ਆ ਗਏ ਸਾਡੇ। ਔਰ ਸਾਡੇ ਪਾਇਲਟ ਸਾਹਿਬ ਥੋੜ੍ਹੀ ਹੌਲੀ ਹੌਲੀ ਚਲਾ ਰਹੇ, ਅਸੀਂ ਪਹਿਲਾਂ ਇਹਨਾਂ ਨੂੰ ਰੋਕੇ ਵੀ ਧੀਰੇ ਧੀਰੇ ਚੱਲਣਾ ਭਾਈ। ਭਾਅ ਜੀ ਆਪਣਾ ਨਾਮ ਕੀ ਹੈ ਜੀ? ਇਜਾਜ਼ ਅਹਿਮਦ। ਸਮਝ ਨਹੀਂ ਆਏ, ਜਰਦਾਰੀ ਗਰਦਾਰੀ ਲਾਲ, ਠੀਕ ਹੈ ਜੀ। ਦੇਖੋ ਜੀ, ਵਾਪਸੀ ਜਾਂਦੇ ਜਾਂਦੇ ਤੁਸੀਂ ਦਰਸ਼ਨ ਕਰ ਲਓ ਇਸ ਦੇਵਦਾਰ ਦਰਖਤਾਂ ਦੇ। ਬਹੁਤ ਹੀ ਠੰਡਾ ਠੰਡਾ ਇਲਾਕਾ, ਬਰਫ਼ ਪੈਂਦੀ ਹੈ ਜੀ ਇੱਥੇ? ਹਾਂਜੀ ਹਾਂਜੀ, ਬਰਫ਼ ਇਸ ਏਰੀਏ 'ਚ? ਇਸ ਏਰੀਏ 'ਚ ਆਉਂਦੀ ਸਾਰੇ। ਅੱਛਾ ਜੀ, ਇਹ ਸਰਦੀ ਦੇ ਮੌਸਮ 'ਚ ਦਸੰਬਰ ਦੇ ਬਾਅਦ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ। ਅੱਛਾ ਜੀ, ਅਸੀਂ ਪਾ ਰੱਖੀ ਹੈ, ਅਸੀਂ ਤਾਂ ਵੈਸੇ ਤੁਰੇ ਫਿਰਦੇ ਹਾਂ। ਹਾਂਜੀ ਹਾਂ, ਟੋਪ। ਅੱਛਾ, ਆ ਦੇਖ ਲਓ, ਚੈੱਕ ਕਰ ਲਓ, ਸੰਗਤਾਂ ਨੇ, ਭਾਈ ਸਾਹਿਬ ਨੇ ਜੈਕਟਾਂ ਪਾ ਰੱਖੀਆਂ, ਗਰਮ ਕੱਪੜੇ ਪਾ ਰੱਖੇ ਨੇ। ਇਹਨਾਂ ਨੂੰ ਠੰਡ ਲੱਗਦੀ ਹੈ, ਲੇਕਿਨ ਅਸੀਂ ਪਸੀਨਾ ਪਸੀਨੀ ਹੋਏ ਹੋਏ। ਸਾਡੇ ਬਠਿੰਡਾ ਦੇ ਵਿੱਚ 46 ਡਿਗਰੀ 44 ਡਿਗਰੀ ਟੈਂਪਰੇਚਰ ਰਹਿੰਦਾ ਜੀ, ਔਰ ਇੱਥੇ ਮਸਾਂ 22-25 ਹੋਊਗਾ ਵੱਧ ਤੋਂ ਵੱਧ। ਇਹ ਤਾਂ ਸਾਡੇ ਲਈ ਕੁਛ ਵੀ ਨਹੀਂ ਆ, ਠੀਕ ਹੈ ਨਾ, ਕਿਉਂਕਿ ਆਪਾਂ ਬਹੁਤ ਹੰਡੇ ਹੋਏ ਹਾਂ, ਰਾਜਸਥਾਨ ਦੇ ਏਰੀਏ 'ਚੋਂ ਆਏ ਹਾਂ, ਬਠਿੰਡਾ ਸਾਰਾ ਸਾਡਾ ਟੈਂਪਰੇਚਰ ਉੱਥੇ ਬਹੁਤ ਗਰਮੀ ਹੈ ਜੀ ਬਠਿੰਡਾ 'ਚ, ਠੀਕ ਹੈ ਜੀ। ਔਰ ਕਿਸੇ ਟਾਈਮ ਜਦੋਂ ਅਸੀਂ ਜਾਂਦੇ ਸੀ ਤਾਂ ਐਂ ਲੱਗਦਾ ਵੀ ਹਰ ਜਿਹਦੇ ਨੂੰ ਪੁੱਛਦੇ ਕਹਿੰਦੇ 5 ਮਿੰਟ ਦਾ ਰਸਤਾ ਜੀ, ਔਰ 5 ਮਿੰਟ ਕਰਦੇ ਕਰਦੇ ਸਾਨੂੰ 1-2 ਘੰਟੇ ਲੱਗ ਗਏ ਚੜ੍ਹਦਿਆਂ ਨੂੰ। ਹੁਣ ਅਸੀਂ ਗੁਰਦੁਆਰੇ, ਸਾਡੀਆਂ ਸੰਗਤਾਂ ਬੈਠੀਆਂ ਨੇ, ਉੱਥੋਂ ਉਤਰ ਕੇ ਅਸੀਂ ਅੱਗੇ ਜਾਣਾ ਜੀ। ਪਾਰਕ ਦੇਖਾਂਗੇ, ਗਰਾਊਂਡ ਦੇਖਾਂਗੇ, ਜੋ ਵੀ ਇੱਥੋਂ ਦੇ ਜੂ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ। ਚਲੋ ਜੀ, ਅੱਗੇ ਮਿਲਦੇ ਹਾਂ ਜੀ। ਹਾਂਜੀ, ਬਠਿੰਡੇ ਦੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਜੀ। ਪਹਾੜੀਆਂ 'ਤੇ ਚੜ੍ਹਿਆ ਨਹੀਂ ਗਿਆ, ਜਾਨ ਹੈ ਨਹੀਂ ਗੀ, ਅਤੇ ਅਸਤੀਰੀਆਂ ਨੂੰ ਜੱਫੇ ਪਾਉਣ ਵਾਲੀ ਗੱਲ ਹੋ ਗਈ। ਅਸੀਂ ਕੋਈ ਧੋਖਾ ਨਹੀਂ, ਸਾਡੇ ਨਾਲ ਚੱਲੋਗੇ ਤਾਂ ਅਸੀਂ ਲੈ ਕੇ ਚੱਲਾਂਗੇ। ਤੁਰਨਾ ਪੈਂਦਾ ਬੀਬੀ ਦੇ ਰਾਹ 'ਚ, ਸਾਨੂੰ ਛੱਡ ਕੇ ਭੱਜਾਈਆਂ ਨਾ ਅੱਜ ਨਾ, ਸਾਡਾ ਕੋਈ ਧੋਖਾ ਨਹੀਂ ਸੀ, ਜਾਂ ਤੁਸੀਂ ਇਹ ਕਹੋ ਵੀ ਤੁਹਾਨੂੰ ਛੱਡ ਕੇ ਚੱਲੇ ਗਏ ਅਸੀਂ, ਹੈ ਨਾ ਵੀ ਚੜ੍ਹਿਆ ਤਾਂ ਗਿਆ ਨਹੀਂ, ਆਪ ਤੋਂ ਗੋਡਿਆਂ ਨੂੰ ਦੋਸ਼ ਹੈ ਮਾਤਾ, ਚੜ੍ਹਿਆ ਤਾਂ ਉਦੋਂ ਦੇਖ ਕੇ ਡਰ ਗਈ, ਹਾਏ ਇੰਨੀ ਉੱਚੀ। ਚਲੋ ਗੱਲ ਸੁਣੋ,
ਉਹ ਹੁਣ ਤੁਸੀਂ ਵੀਡੀਓ ਦੇਖ ਕੇ ਖੁਸ਼ ਹੋ ਜੇ ਵੀ ਹਾਂ ਵੀ ਅਸੀਂ ਗਈਆਂ, ਸਮਝ ਲਓ ਵੀ ਮੈਂ ਜਾਇਆ, ਗੱਲ ਇੱਕੋ ਹੀ ਆ। ਤੇ ਮੈਂ ਵੀ ਨਾਲ ਹੀ ਸੀ। ਹਾਂਜੀ ਸੰਗਤ ਜੀ, ਕਿਆ ਕਹਿੰਦੇ ਹੁੰਦੇ ਮਨਾਲੀ ਦੇ ਮਾਲ ਰੋਡ ਦੇ ਉੱਤੇ ਘੁੰਮ ਰਹੇ ਹਾਂ ਜੀ। ਇਹ ਸਾਰੀ ਸੰਗਤ ਸਾਡੀ ਬਠਿੰਡੇ ਦੀ ਹੈ ਜੀ। ਬੱਦਲਾਂ ਨੂੰ ਦੇਖ ਕੇ ਘਬਰਾਈ ਜਾਂਦੇ ਆ, ਪਹਾੜਾਂ ਨੂੰ ਦੇਖ ਕੇ ਘਬਰਾਈ ਜਾਂਦੇ ਆ, ਥੋੜ੍ਹੀ ਜਿਹੀ ਚੜ੍ਹਾਈਆਂ ਜ਼ਰੂਰ ਉੱਚੀਆਂ ਨੇ। ਇਹ ਫਰੂਟੀ ਪਾਣੀ ਪੀ ਜਾਂਦੇ ਆ, ਵਾਹਿਗੁਰੂ ਮਿਲ ਗਈ ਨਾ। ਹਾਂਜੀ ਫਿਰ ਬੀਬੀਆਂ ਨਾਰਾਜ਼ ਨਹੀਂ ਹੋਣੀਆਂ ਚਾਹੀਦੀਆਂ, ਠੀਕ ਹੈ। ਹਾਂ ਮਾਲ ਰੋਡ 'ਤੇ ਤੁਹਾਡੀ ਮੂਵੀ ਬਣ ਰਹੀ ਹੈ ਜੀ, ਠੀਕ ਹੈ। ਮੈਂ ਆਪਦੀ ਨਹੀਂ ਬਣਾ ਰਿਹਾ, ਤੁਹਾਡੀ ਜ਼ਰੂਰ ਬਣਾ ਰਿਹਾ। ਮੈਂ ਕਿਹਾ ਮਾਤਾ ਨਾਲ ਨਾਰਾਜ਼ ਹੋ ਜਾਣਾ। ਪਿੱਛੇ ਦੀ ਇਹਨਾਂ ਨੂੰ ਪਤਾ ਹੁੰਦਾ।